तो देख रहे दर्शकों का बहुत बहुत धन्यवाद करता हाँ। तो इस वक्त असी पिंड खद्दर जिहड़ा कि डिस्ट्रिक्ट गुरदासपुर के पिंडा पिंड है, असी वो पिंड उतों के साबका सरपंच सरदार कश्मीर सिंह जी सन ऑफ सरदार गुजाल सिंह जी उन्होंने निवास स्थान पर इस वक्त उन्होंने नाल बैठे हाँ। तो असी थोड़े भी रूबरू करवावे उन्होंने, उन्होंने को आप पुछते हाँ कि जो वो सरपंच बने से तो उन्होंने टाइम पर कि विकास होया, तो हूँ जोड़ा है कि विकास होया, तो उदो कि विकास होया। आओ थोड़े रूबरू कराने सबका सरपंच पिंड खद्दर के सरदार कश्मीर सिंह जी ने। हाँ जी वाहगुरु जी का खालसा वाहगुरु जी की फतेह। पिंड सरपंच खद्दर जो सर सवाल किया विकास का, विकास तो हों पैसे ना बिल्कुल, तो जिनी ग्रांट मिले उन्ना का विकास होना। हाँ तो मैं धन्यवाद करदा सरदार सुखजिंदर सिंह रंधावा का कि जिन्होंने पिंड के विकास की बहुत ग्रांटा दी, तो गांह भी इस तरह दिंदे रहन तो पिंड का विकास हों। सर जो तुम सरपंच सी उस टाइम से तुहाडे पिंड का विकास तो हुण जिहड़ा विकास है तुहानूं फर्क लगता है? बिल्कुल दिन रात का फर्क। अच्छा जी विकास उदो पैसा घट ही हूँ पैसा बहुत मिले, विकास तो पैसे ना होना ग्रांट ना होना। बिल्कुल बिल्कुल हूँ तो ग्रांटा के गप्पे दिते रंधावा साहब ने। हाँ जी हूँ तो बहुत विकास है। ਤੁਹਾਡੇ ਟਾਈਮ ਤੇ ਸਰ ਸ਼ਮਸ਼ਾਨ ਘਾਟ ਜਿਹੜੀ ਆ ਉਹਦੀ ਕੰਡੀਸ਼ਨ ਕੀ ਸੀ? ਸਾਡੇ ਟਾਈਮ ਤੇ ਸ਼ਮਸ਼ਾਨ ਘਾਟ ਦੀ ਕੰਡੀਸ਼ਨ ਬਹੁਤ ਮਾੜੀ ਸੀ। ਮਾੜੀ? ਹਾਂਜੀ। ਤੇ ਆਪਣੇ ਜਿਹੜਾ ਵਾਟਰ ਸਪਲਾਈ ਆ ਉਹਦਾ ਕੀ ਸਿਸਟਮ ਸੀ? ਉਹਦਾ ਸਰ ਸਿਸਟਮ ਇਹ ਹੈ ਕਿ ਪਿੰਡ ਬਰੀਲੇ ਤੋਂ ਪਾਣੀ ਹੁੰਦਾ, ਸਾਡੇ ਇੱਥੇ ਪੈਪਲਾਈਨ ਪਈ ਹੋਈ ਹੈ ਵਾਟਰ ਬਰੀਲੇ ਤੋਂ। ਹਾਂਜੀ ਅੱਛਾ ਜੀ। ਇੱਕ ਦੋ ਵਾਰ ਪੈਸੇ ਵੀ ਜਮ੍ਹਾਂ ਕਰਾਏ ਨੇ ਇੱਥੇ ਵਾਟਰ ਸਪਲਾਈ ਟੈਂਕੀ ਵਾਸਤੇ, ਲੇਕਿਨ ਅੱਜ ਤੱਕ ਟੈਂਕੀ ਨਹੀਂ ਲੱਗੀ। ਲੱਗੀ ਨਹੀਂ ਹਾਲੇ ਤੱਕ? ਲੱਗੀ ਨਹੀਂ। ਅਤੇ ਬਾਕੀ ਵੇਖੋ ਮਹਿਕਮੇ ਦੇ ਕੰਮ ਨੇ ਸਾਰੇ। ਹਾਂ ਡਿਪਾਰਟਮੈਂਟ ਨੇ, ਡਿਪਾਰਟਮੈਂਟ ਨੇ ਕਰਨਾ ਜੋ ਵੀ ਕਰਨਾ। ਅਤੇ ਸਰ ਗੰਦੇ ਪਾਣੀ ਦਾ ਨਿਕਾਸ ਕਿੱਦਾਂ? ਗੰਦੇ ਪਾਣੀ ਦਾ ਸਰ ਨਿਕਾਸ ਸਾਡੇ ਛੱਪੜ ਬਣੇ ਹੋਏ ਨੇ। ਅੱਛਾ ਜੀ। ਉਹਨਾਂ ਦੀ ਗਰਾਂਟ ਆਈ ਆ, ਬਾਕੀ ਕੰਮ ਚੱਲ ਰਿਹਾ, ਜਦੋਂ ਪੂਰਾ ਕੰਪਲੀਟ ਹੋ ਜਾਏਗਾ ਤਾਂ ਆਪੇ ਗੰਦੇ ਪਾਣੀ ਦਾ ਨਿਕਾਸ ਵੀ ਖਤਮ ਹੋ ਜਾਏਗਾ। ਮਤਲਬ ਬਣ ਰਿਹਾ ਥਾਪੜ ਬਣ ਰਿਹਾ, ਮਤਲਬ ਉਹਦਾ ਮਤਲਬ ਕਿ ਚੱਲ ਰਿਹਾ ਨਿਕਾਸ ਚੱਲ ਰਿਹਾ ਉਹਦਾ। ਹਾਂਜੀ। ਅਤੇ ਉਹ ਵੀ ਜਿੱਦਣ ਪੂਰਾ ਹੋ ਗਿਆ ਤਾਂ ਉਹ ਵੀ ਗੰਦੇ ਪਾਣੀ ਦਾ ਕੰਮ ਤੁਹਾਡਾ ਜਿਹੜਾ ਹੈ ਉਹ ਖਤਮ ਹੋ ਜਾਏਗਾ ਸਰ? ਬਿਲਕੁਲ ਫਲੱਸ਼ਾਂ 'ਤੇ ਪੈਸੇ ਆਏ। ਅਤੇ ਕਿੰਨੀਆਂ ਫਲੱਸ਼ਾਂ ਮੰਗਵਾਈਆਂ? ਉਹ 35-40 ਦੇ ਕਰੀਬ ਸਾਡੇ ਪਿੰਡ 'ਚ ਫਲੱਸ਼ਾਂ ਮਿਲੀਆਂ ਨੇ। 35-40? ਹਾਂਜੀ ਠੀਕ ਹੈ। ਅਤੇ ਸਰ ਮਕਾਨਾਂ ਮਕੂਨਾਂ ਦੇ ਪੈਸੇ ਨਹੀਂ ਆਏ ਕੱਚੇ ਬਣਾਉਣ ਵਾਸਤੇ? ਨਹੀਂ ਇਹ ਕੋਈ ਇਹੋ ਜਿਹਾ ਨਹੀਂ ਗਰਾਂਟ ਆਈ ਆਈ। ਠੀਕ ਹੈ। ਇਹਦਾ ਮਤਲਬ ਸਰ ਅਕਾਲੀ ਸਰਕਾਰ ਦੇ ਟਾਈਮ 'ਤੇ ਗਰਾਂਟ ਉਦੋਂ ਬਹੁਤ ਘੱਟ ਮਿਲੀ? ਬਹੁਤ ਘੱਟ ਮਿਲੀ। ਅਤੇ ਹੁਣ ਤਾਂ ਸਰ ਮੇਰੇ ਖਿਆਲ ਨਾਲ ਅਜੇ ਤੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤੱਕ ਸਰ ਉਦੋਂ ਤੋਂ ਲੈ ਕੇ ਅੱਜ ਤੱਕ ਕਦੀ ਵੀ ਇੰਨਾ ਵਿਕਾਸ ਨਹੀਂ ਹੋਇਆ ਜਿੰਨਾ ਹੁਣ ਐਤਕਾ ਵਿਕਾਸ ਹੋਇਆ। ਬਿਲਕੁਲ ਬਹੁਤ ਜ਼ਿਆਦਾ ਹੀ ਐਤਕਾ ਵਿਕਾਸ ਹੋਇਆ। ਸਾਰੇ ਹੀ MLAਆਂ ਨੇ ਮੰਤਰੀਆਂ ਨੇ ਆਪਣੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਕਰਵਾਇਆ। ਨਹੀਂ ਹੋਇਆ ਹੀ ਨਹੀਂ ਸਰ ਇੰਨਾ ਵਿਕਾਸ, ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪੈਸੇ ਨਾ ਹੋਣ। ਵੈਸੇ ਨਾ ਬਿਲਕੁਲ। ਅਤੇ ਗਰਾਂਟਾਂ ਮਿਲਣਗੀਆਂ ਪਿੰਡ ਨੂੰ, ਸਰਪੰਚ ਨੂੰ ਗਰਾਂਟ ਮਿਲੇਗੀ, ਸਰਪੰਚ ਆਪਣੇ ਕੋਲ ਲਾਊਗਾ ਥੋੜ੍ਹਾ। ਬਿਲਕੁਲ ਬਿਲਕੁਲ ਗਰਾਂਟ ਤੋਂ ਹੀ ਲਾਉਣਾ, ਗਰਾਂਟ ਤੋਂ ਲਾਉਣਾ। ਜਾਂ ਕੋਈ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੋਵੇ, ਪੰਚਾਇਤ ਘਰ ਜਾਂ ਧਰਮਸ਼ਾਲਾ ਜਾਂ ਜੰਜ ਘਰ ਕੋਈ ਹੈ? ਨਹੀਂ ਉਹ ਵੀ ਨਹੀਂ ਹੈਗਾ। ਨਹੀਂ ਇਹ ਕੀ ਗੱਲ ਜਗ੍ਹਾ ਨਾ ਹੋਣ ਕਾਰਨ ਹੀ ਹੈਗਾ ਕਿ ਜਾਂ ਵੈਸੇ ਹੀ ਨਹੀਂ ਬਣਾਇਆ ਕਿਸੇ ਨੇ, ਸੋਚਿਆ ਨਹੀਂ ਇਹਦੀ ਗੱਲਾਂ? ਇੱਕ ਤਾਂ ਜਗ੍ਹਾ ਦੀ ਪ੍ਰੋਬਲਮ ਹੈ, ਜਗ੍ਹਾ ਵੀ ਚਾਹੀਦੀ ਹੈ ਇਸ ਕੰਮ ਵਾਸਤੇ। ਜਗ੍ਹਾ ਨਾ ਹੋਣ ਕਾਰਨ ਹੀ, ਜਗ੍ਹਾ ਨਾ ਹੋਣ ਕਾਰਨ ਹੀ ਹੈ ਜਗ੍ਹਾ ਨਾ, ਕਿਉਂਕਿ ਪ੍ਰਾਇਮਰੀ ਸਕੂਲ ਹੈਗਾ। ਅੱਛਾ ਪ੍ਰਾਇਮਰੀ ਸਕੂਲ ਹੈ? ਹਾਂਜੀ। ਅਤੇ ਉੱਥੇ ਪ੍ਰਾਇਮਰੀ ਸਕੂਲ ਜਿਹੜਾ ਵਾ ਉੱਥੇ ਗਰਾਊਂਡ ਹੈਗੀ ਸਰ? ਨਹੀਂ ਗਰਾਊਂਡ ਹੈ ਨਹੀਂ। ਗਰਾਊਂਡ ਨਹੀਂ ਹੈਗੀ? ਨਹੀਂ। ਅਤੇ ਉਹ ਫਿਰ ਬੱਚੇ ਨੌਜਵਾਨ ਤੁਹਾਡੇ ਜਿਹੜੇ ਪਿੰਡ ਦੇ ਆ ਉਹ ਕਿੱਥੇ ਖੇਡਦੇ ਆ ਸਰ? ਨੌਜਵਾਨ ਬੱਚੇ ਜਿਹੜੇ ਆ ਜੀ ਇਹ ਦੌੜ ਦਾੜ ਲਾਉਂਦੇ ਨੇ ਸੜਕ ਦੇ ਉੱਤੇ। ਇਹ ਤਾਂ ਸਰ ਖਤਰੇ ਵਾਲੀ ਗੱਲ ਆ, ਕਲਾਨੌਰ ਜਾਣਾ ਪੈਂਦਾ ਉਹਦਾ ਆਪਣੇ ਹੋਰ ਦੇ ਨਾਲ ਇਹਨਾਂ ਦੇ ਉੱਥੇ ਜਾਂਦੇ ਭਰਤੀ ਵਾਸਤੇ ਦੌੜ ਲਾਉਣ ਜਾਂਦੇ ਅਤੇ ਕਲਾਨੌਰ ਜਾਂਦੇ। ਕਲਾਨੌਰ ਇੱਥੇ ਸਟੇਡੀਅਮ ਨਾ ਹੋਣ ਕਾਰਨ ਇਹਨਾਂ ਨੂੰ ਕਲਾਨੌਰ ਜਾਣਾ ਪੈਂਦਾ, ਅਤੇ ਜਾਂ ਫਿਰ ਰੋਡ 'ਤੇ ਦੌੜ ਲਾਉਂਦੇ ਜਾਂ ਰੋਡ 'ਤੇ। ਹਾਂਜੀ ਕਲਾਨੌਰ। ਹਾਂਜੀ ਜਾਂ ਪੰਚਾਇਤ ਦੀ ਪੈਲੀ ਪਈ ਹੈ ਅਤੇ ਸਰਕਾਰ ਨੂੰ ਚਾਹੀਦਾ ਵੀ ਉਹ ਕਿਲੇ ਦੋ ਅਲਾਟ ਕਰੇ ਪਿੰਡਾਂ ਨੂੰ। ਅਤੇ ਜਿਹੜੀ ਕਲਾਨੌਰ ਦੀ ਪੈਲੀ ਹੈ ਸਰ? ਹਾਂਜੀ ਹਾਂ ਹਾਂ ਉਹ ਬੰਜਰ ਪਈ ਹੈ ਸਰ, ਬੰਜਰ ਪਈ ਹੈ, ਉੱਥੇ ਸਟੇਡੀਅਮ ਬਣਾਇਆ ਜਾਏ ਕਿਉਂਕਿ ਆਹ ਇਲਾਕੇ ਜਿਹੜੇ ਬੱਚੇ ਨੇ ਉੱਥੇ ਦੌੜ ਦਾੜ ਲਾ ਲੈਣ। ਬਿਲਕੁਲ ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਸਰ ਕਿ ਉਹ ਬੰਜਰ ਜ਼ਮੀਨ ਹੈ ਜਿਹੜੀ ਉੱਥੇ ਸਰ ਬਣਾਉਣਾ ਚਾਹੀਦਾ ਵਾ ਕਿ ਜਾਂ ਸਟੇਡੀਅਮ ਬਣ ਜਾਏ ਜਾਂ ਚਲੋ
ग्राउंड ही बना के दिती जाए कि जिहड़ी बच्चे उत्थे जिन्ने भी तुहाडे लागे ने चार पांच पिंड ये पिंडां दे बच्चे उत्थे जा के दे खेड सकन। हां जी बिल्कुल अज तक तां नहीं किसे ने कीती तां अगली विचारी है ਬਾਕੀ ਗਾਂ ਜਿਹੜਾ ਸਮਾਂ ਆਉਣ ਡਿਆ ਉਹ ਹਿਸਾਬ ਦੇ ਨਾਲ ਤਾਂ ਕਰਨੀ ਪੈਣੀ। ਜਿਮ ਦਾ ਸਮਾਨ ਪਹਿਲਾਂ ਮਿਲਿਆ ਸੀ ਅਕਾਲੀ ਸਰਕਾਰ ਵੇਲੇ, ਹੁਣ ਤਾਂ ਜੀ ਅਕਾਲੀ ਸਰਕਾਰ ਦੇ ਟਾਈਮ ਤੇ ਹਾਂ ਮਿਲਿਆ ਸੀ, ਕਿੱਟ ਮਿਲੀ, ਬਾਕੀ ਕਿੱਟ ਹੀ ਮਿਲੀ ਤੇ ਜਿਮ ਮਿਲਿਆ ਤਾਂ ਉਹ ਹੈ ਨਹੀਂ, ਉਹਦੀਆਂ ਮਸ਼ੀਨਾਂ ਕੋਈ ਚੱਲਦੀਆਂ ਨਹੀਂ। ਅੱਛਾ ਉਹ ਫਿਰ ਅਸੀਂ ਵਾਪਸ ਕਰ ਆਏ ਸੀ। ਜਿਮ ਦੀਆਂ ਜਿਹੜੀਆਂ ਮਸ਼ੀਨਾਂ ਉਹ ਮਤਲਬ ਚੱਲਦੀਆਂ ਨਹੀਂ, ਵੇਟ ਮਾਰਨ ਵਾਲੀ ਮਸ਼ੀਨ ਹੁੰਦੀ ਉਹ ਹਾਂ ਜੀ ਖਰਾਬ ਹੀ। ਅੱਛਾ 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 ਉਹਦੇ ਬਾਅਦ ਤਾਂ ਮਿਲੀ ਨਹੀਂ ਸਾਨੂੰ ਮੁੜ ਕੇ। ਅਕਾਲੀ ਕਾਂਗਰਸ ਪਾਰਟੀ ਨੂੰ ਕਿ ਜਿਹੜੀ ਤੁਹਾਡਾ ਬੂਥ ਹੈ ਉਹ ਜਿੱਤ ਸਕੇ ਕਿੰਨੀ ਕੁ ਵੋਟ ਦੇ ਦਿੱਤੇ? ਦੇਖੋ ਜੀ ਪਹਿਲਾਂ ਹੁੰਦੀਆਂ ਸੀ ਦੋ ਪਾਰਟੀਆਂ। ਅੱਛਾ ਜੀ ਹੁਣ ਤਕਰੀਬਨ ਜਿਹੜਾ ਸਾਡਾ ਪਿੰਡ ਹੈ ਨਾ ਸਾਰਾ ਕਾਂਗਰਸ ਦੇ ਨਾਲ ਸਹਿਮਤ। ਅੱਛਾ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਦੋ ਹੋਈ ਤੇ ਹੁਣ ਅਕਾਲੀ ਜਿਹੜੇ ਨੇ ਉਹ ਵੀ ਕਾਂਗਰਸ ਸ਼ਾਮਲ ਹੋ ਗਏ ਨੇ ਤੇ ਸਾਰੇ ਕਾਂਗਰਸ ਦਾ ਪਿੰਡ ਮਤਲਬ ਟੋਟਲ ਹੋ ਗਿਆ। ਇਹਦਾ ਮਤਲਬ ਹੈ ਕਿ ਸਾਰੇ ਪਿੰਡ ਦੀਆਂ ਵੋਟਾਂ ਕਾਂਗਰਸ ਨੂੰ ਹੀ ਪੈਣਗੀਆਂ। ਤੇ ਇਹ ਫਿਰ ਇਹਦਾ ਮਤਲਬ ਹੈ ਇੱਥੋਂ ਕਾਂਗਰਸ ਤੁਹਾਡੇ ਪਿੰਡੋਂ ਤੇ ਨੰਬਰ 1 ਤੇ ਜਿੱਤੀ। ਨੰਬਰ 1 ਤੇ ਜਿੱਤੀ ਠੀਕ ਹੈ। ਤੇ ਅੱਛਾ ਸਰ ਉਸ ਤੋਂ ਬਾਅਦ ਫਿਰ MLA ਦੀ ਇਲੈਕਸ਼ਨ ਤੋਂ ਬਾਅਦ ਸਾਲ ਡੇਢ ਸਾਲ ਬਾਅਦ ਸਰਪੰਚੀ ਦੀ ਇਲੈਕਸ਼ਨ ਆ ਜਾਂਦੀ ਹੈ। ਹਾਂਜੀ ਤੇ ਉਹਦੇ ਵਾਸਤੇ ਤੁਸੀਂ ਕੀ ਤਿਆਰੀ ਕਰਦੇ? ਕਰ ਰਹੇ ਕੋਈ ਤਿਆਰੀ ਆਪਣੀ? ਨਹੀਂ ਮੈਂ ਇਸ ਚੀਜ਼ 'ਚ ਹੁਣ ਇੰਟਰਸਟ ਨਹੀਂ ਰੱਖਦਾ ਸਰਪੰਚੀ। ਕਿਉਂ ਸਰ? ਮੇਰਾ ਹੋਰ ਹੀ ਬਿਜ਼ਨਸ ਬਥੇਰਾ ਵਾ, ਮੇਰੇ ਕੋਲ ਉਹਦੇ ਤੋਂ ਵਿਹਲ ਨਹੀਂ ਮਿਲਦਾ। ਅੱਛਾ ਜੀ ਤੇ ਗਾਂ ਜਿਸ ਤਰ੍ਹਾਂ ਪਿੰਡ ਦੀ ਸਹਿਮਤੀ ਨਾਲ ਹੀ ਹੈ, ਅੱਗੇ ਵੀ ਪਿੰਡ ਦੀ ਸਹਿਮਤੀ ਨੇ ਸਾਡੇ ਕੰਮ ਹੁੰਦਾ, ਜੋ ਪਿੰਡ ਦੀ ਸਹਿਮਤੀ ਹੋਏਗੀ ਉਹਦੇ ਨਾਲ ਹੀ ਕੰਮ ਕਰਦੇ ਹਾਂ। ਪਿੰਡ ਦੀ ਸਹਿਮਤੀ ਨਾ ਕਿ ਕਿਸੇ ਪਾਰਟੀ ਦੇ ਦਬਾਅ ਦੇ ਕਰਦੇ ਹਾਂ, ਨਾ ਕਿਸੇ ਬੰਦੇ ਦੇ ਦਬਾਅ ਦੇ ਕਰਦੇ ਹਾਂ ਵੀ ਫਲਾਣਾ ਬੰਦਾ ਬਣਨਾ ਚਾਹੀਦਾ। ਤੇ ਜਿਹੜੇ ਐਤਕਾ ਸਰਪੰਚ ਤੁਹਾਡੇ ਬਣੇ ਉਹ ਵੀ ਪਿੰਡ ਦੀ ਸਹਿਮਤੀ ਨਾਲ? ਉਹ ਵੀ ਪਿੰਡ ਦੀ ਸਹਿਮਤੀ ਨਾਲ ਹੀ ਬਣਦੇ ਨੇ, ਕਿਉਂਕਿ ਪਾਰਟੀ ਦੋਵੇਂ ਇੱਕੋ ਦੇ ਬੰਦੇ। ਇੱਕੋ ਦੇ ਠੀਕ, ਇਹ ਨਹੀਂ ਵੀ ਇੱਕ ਅਕਾਲੀ ਦਲ ਦਾ ਅਤੇ ਇੱਕ ਕਾਂਗਰਸ ਦਾ, ਦੋਵੇਂ ਇੱਕੋ ਪਾਰਟੀ ਦੇ ਬੰਦੇ। ਅਤੇ ਬਾਕੀ ਜੋ ਸਿਆਣੇ ਬੰਦੇ ਬਹਿ ਕੇ ਗੁਰਦੁਆਰੇ ਸਲਾਹ ਕਰਦੇ ਨੇ, ਜੋ ਮਤਾ ਪਾਸ ਕਰਨਾ ਵਾ ਸਹਿਮਤੀ ਨਾਲ ਹੁੰਦਾ ਸਾਡੇ ਨਾਲ। ਠੀਕ, ਤੁਹਾਡੇ ਤੁਸੀਂ ਇੰਨੀਆਂ ਵਧੀਆ ਗੱਲਾਂ ਦੱਸੀਆਂ ਸਾਨੂੰ ਆਪਣੇ ਪਿੰਡ ਬਾਰੇ, ਵਿਕਾਸ ਬਾਰੇ, ਜੋ ਵੀ, ਅਤੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਚੈਨਲ ਵੱਲੋਂ ਵੀ ਅਤੇ ਆਪਣੇ ਵੱਲੋਂ ਵੀ। ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਜਿੱਦਾਂ ਤੁਹਾਨੂੰ ਦੱਸਿਆ ਕਿ ਇਸ ਵਕਤ ਅਸੀਂ ਪਿੰਡ ਖੱਦਰ ਵਿਖੇ ਉੱਥੋਂ ਦੇ ਸਾਬਕਾ ਜਿਹੜੇ ਸਰਪੰਚ ਨੇ ਸਰਦਾਰ ਕਸ਼ਮੀਰ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਇੱਕ ਬਹੁਤ ਹੀ ਜਿਹੜੀ ਜ਼ਰੂਰੀ ਚੀਜ਼ ਹੈ ਉਹਦੀ ਅਪੀਲ ਕੀਤੀ ਹੈ ਸਰਕਾਰ ਅੱਗੇ ਵੀ ਅਤੇ ਆਪਣੇ ਹਲਕੇ ਦੇ ਜਿਹੜੇ MLA ਕੈਬਨਿਟ ਮੰਤਰੀ ਸਰਦਾਰ ਸੁਖਿੰਦਰ ਸਿੰਘ ਜੀ ਦਾ, ਉਹਨਾਂ ਅੱਗੇ ਵੀ ਕਿ ਪਿੰਡ ਵਿੱਚ ਕੋਈ ਗਰਾਊਂਡ ਨਹੀਂ ਹੈ ਉਹਨਾਂ ਦੇ ਅਤੇ ਨਾ ਹੀ ਕੋਈ ਸਕੂਲ ਦੀ ਗਰਾਊਂਡ ਹੈ, ਅਤੇ ਇੱਥੇ ਇੱਕ ਪੈਲੀ ਹੈ ਜਿਹੜੀ ਕਿ ਦੂਜੇ ਪਿੰਡ ਦੀ ਹੈ ਉਹ ਵੀਰਾਨ ਪਈ ਹੈ, ਅਤੇ ਉੱਥੇ ਜੇਕਰ ਬੱਚਿਆਂ ਨੂੰ ਗਰਾਊਂਡ ਜਾਂ ਸਟੇਡੀਅਮ ਬਣਾ ਕੇ ਦਿੱਤਾ ਜਾਵੇ ਅਤੇ ਜਿਹੜੇ ਬੱਚੇ ਕਿ ਦੂਰ ਜਾਂਦੇ ਨੇ ਜਾਂ ਜਾਂਦੇ ਨਹੀਂ ਆ ਉਹ ਸੜਕ ਦੇ ਉੱਪਰ ਦੌੜ ਲਾਉਂਦੇ ਨੇ, ਜਿਹੜਾ ਕਿ ਬਹੁਤ ਖਤਰੇ ਵਾਲੀ ਗੱਲ ਹੈ, ਅਤੇ ਉੱਥੇ ਉਹਨਾਂ ਨੂੰ ਜਿਹੜੀ ਕਿ ਸਟੇਡੀਅਮ ਵਗੈਰਾ ਜਾਂ ਕੋਈ ਗਰਾਊਂਡ ਬਣਾ ਕੇ ਦਿੱਤੀ ਜਾਵੇ। ਮਨ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ, ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰਨਾ। ਕੈਮਰਾਮੈਨ ਅਮਰਜੋਤ ਜੀ ਦੇ ਨਾਲ ਧੰਨਵਾਦ, ਸਤਿ ਸ਼੍ਰੀ ਅਕਾਲ। ਕੈਮਰਾ